ਅਸਲਾਮੁਅਲੈਕਮ ਸਾਰੇ ਵੀਰ ਕਿਦਾਂ ਠੀਕ ਠਾਕ ਹੋ ਅੱਜ ਭਾਈ ਮੈਂ ਬਹੁਤ ਹੀ ਇੰਟਰਸਟਿੰਗ ਵੀਡੀਓ ਬਣਾਉਣੇ ਚਾਹ ਰਿਹਾ ਤੇ ਦੇਸੀ ਮਾਹੌਲ ਦੀ ਵੀਡੀਓ ਬਣਾਉਣੇ ਜਾ ਰਿਹਾ ਸਹੀ ਆ ਤੇ ਇਹ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਵਾ ਠੀਕ ਹੋ ਗਿਆ ਤੇ ਭਾਈ ਜੀ ਮੈਂ ਅੱਜ ਵੀਡੀਓ ਦਾ ਮੇਰਾ ਮਕਸਦ ਇਹ ਹੈਗਾ ਕਿ ਪਹਿਲੇ ਆਪਣੇ ਵਢੇਰੇ ਜਿਹੜੇ ਲੋਕ ਹੁੰਦੇ ਸੀ ਨਾ ਦੇਸੀ ਉਹਨਾਂ ਦੇ ਉਹਨਾਂ ਨੇ ਨਾ ਮਤਲਬ ਕਿ ਆ ਹੁਣ ਤਾਂ ਸਲੂਨ ਵਗੈਰਾ ਬਣ ਗਿਆ ਤੇ ਬੜਾ ਹਿਸਾਬ ਤਾਬ ਹੋਰਾ ਜਿਹਾ ਹੋਇਆ ਪਿਆ ਵਾ ਤੇ ਅੱਗੇ ਲੋਕ ਇਹ ਕਰਦੇ ਹੁੰਦੇ ਸੀ ਜਿੱਦਾਂ ਉਹਨਾਂ ਨੇ ਰਾਜਾ ਸਾਹਿਬ ਨੇ ਆਣਾ ਤੇ ਉਹਨਾਂ ਨੇ ਵਟਾਂ ਦੇ ਬੈ ਕੇ ਤੇ ਆਪਣੀ ਦਾੜੀ ਬਣਾ ਲੈਣੀ ਜਾਂ ਖਤ ਕਰਵਾ ਲੈਣਾ ਸਹੀ ਆ ਤੇ ਅੱਜ ਕੱਲ ਪਤਾ ਵੀਰੋ ਕੀ ਟ੍ਰੈਂਡ ਚੱਲੇ ਹੋਇਆ ਵਾ ਅੱਜ ਕੱਲ ਤਾਂ ਉਹ ਬੜੇ ਬੜੇ ਸਟਾਈਲ ਬੜੇ ਪਿਆ ਉਹ ਕਹਿੰਦੇ ਨਾ ਕਿ ਜਿੱਦਾਂ ਦਾ ਬੰਦੇ ਨੂੰ ਮਾਹੌਲ ਮਿਲਦਾ ਨਾ ਤੇ ਬੰਦਾ ਉਦਾਂ ਚੇਂਜ ਹੋ ਜਾਂਦਾ ਵਾ ਸਹੀ ਆ ਤੇ ਇਹ ਸਾਡੇ ਰਾਜਾ ਸਾਹਿਬ ਨੇ ਤੇ ਇਹ ਅੱਬੂ ਦੀ ਤੇ ਹਜਾਮਤ ਸਪੈਸ਼ਲ ਕਰਨ ਆਂਦੇ ਨੇ ਤੇ ਅੱਬੂ ਹਰੀ ਉੱਥੇ ਕਦੀ ਸਲੂਨ ਤੇ ਨਹੀਂ ਗਿਆ ਸਹੀ ਆ ਤੇ ਇੱਥੇ 마ਸ਼ਾਅੱਲਾ ਕਿੱਦਾਂ ਦੇਖ ਲੋ ਬੜਾ ਦੇਸੀ ਇਹ ਮਾਹੌਲ ਨਾਲ ਨਾ ਮਤਲਬ ਕਿ ਬੈਠੇ ਨੇ ਕਟਿੰਗ ਕਰਵਾ ਰਹੇ ਨੇ ਔਰ ਉਸ ਬਾਅਦ ਅਲਹਮਦੁਲਿਲਾ ਨੇ ਖਾਤੇ ਕਰਵਾਇਆ ਵਾ ਤੇ ਇਹ ਬੜਾ 마ਸ਼ਾਅੱਲਾ ਨਾ ਇਹ ਦੇਸੀ ਮਾਹੌਲ ਨਾ ਬਹੁਤ ਵਧੀਆ ਲੱਗਦਾ ਤੇ ਸ਼ਹਿਰ ਵਾਲਿਆਂ ਨੂੰ 마ਸ਼ਾਅੱਲਾ ਬਹੁਤ ਵਧੀਆ ਲੱਗਦਾ ਵਾ ਇਹਦੇ ਵਿੱਚ ਇਹ ਨਹੀਂ ਹੈ ਕਿ ਸ਼ਹਿਰ ਵਾਲਿਆਂ ਨੂੰ ਚੰਗਾ ਨਹੀਂ ਲੱਗਦਾ ਤੇ ਦੇਸੀ ਮਾਹੌਲ ਜਿਹੜਾ ਨਾ ਇਹ ਵਾਕਈ ਬਹੁਤ ਚੰਗਾ ਹੁੰਦਾ ਵਾ ਕਿਉਂਕਿ ਇੱਥੇ ਅੱਛੀ ਤੋਂ ਅੱਛੀ ਤੁਹਾਨੂੰ ਪ੍ਰੋਡਕਟ ਮਿਲਦੀ ਅੱਛੀ ਖੁਰਾਕ ਮਿਲਦੀ ਆ ਔਰ ਫਰੈਸ਼ ਮਿਲਦੀ ਆ ਹੁਣ ਤੁਸੀਂ 마ਸ਼ਾਅੱਲਾ ਦੋਦ ਦਾ ਹਿਸਾਬ ਦੁੱਧ ਦਾ ਜਿਹੜਾ ਹੁੰਦਾ ਵਾ ਫਰੈਸ਼ ਮਿਲਦੇ ਹਰ ਸ਼ਾਇ ਫਰੈਸ਼ ਮਿਲਦੀ ਹੈ ਸਹੀ ਹੈ ਨਾ ਤੇ ਆਪਣੇ ਜਿਹੜੇ ਵਡੇਰੇ ਹੁੰਦੇ ਸੀ ਨਾ ਉਹ ਦੇਸੀ ਉਹਨਾਂ ਨੇ ਖੁਰਾਕਾਂ ਖਾਣੀਆਂ ਤੇ ਉਹਨਾਂ ਨੇ ਦੇਸੀ ਮਾਹੌਲ ਨਾਲ ਰਹੇ ਬਿਲਕੁਲ ਪਿੰਡੂ ਜਿਹਾ ਮਲੂਮ ਹੁੰਦੇ ਸੀਗੇ ਤੇ ਬਾਕੀ ਦੇਖ ਲਓ ਜੀ ਮਾਹੌਲ ਨਾਲ ਚੇਂਜ ਹੁੰਦਾ ਰਹਿੰਦਾ ਤੇ ਬਾਕੀ ਅਸੀਂ ਦੋ ਪੁਆਇੰਟਸ ਨੇ ਰਾਜਾ ਸਾਹਿਬ ਕੋ ਪੁੱਛਦੇ ਆ ਭਈ ਹੁਣ ਉਸ